ਅਸਲਾਮੁਅਲੈਕੁਮ ਵਾਲੈਕਮ ਸਲਾਮ। ਫੁੱਫੀ, ਕੀ ਹਾਲ ਆ? ਠੀਕ ਆ। ਤੇ ਅੱਜ ਅਸੀਂ ਆਪਣੇ ਬਜ਼ੁਰਗਾਂ ਨਾਲ ਗੱਲ ਕਰਨ ਜਾ ਰਹੇ ਹਾਂ ਛੋਟੂ ਰਾਮ ਬਾਰੇ। ਪੁੱਛਾਂਗੇ ਇਹਨਾਂ ਕੋ, ਇਹ ਸਾਨੂੰ ਉਹਨਾਂ ਬਾਰੇ ਦੱਸਣਗੇ, ਤੇ ਸੋ ਆਪਾਂ ਗੱਲ ਕਰਦੇ ਹਾਂ। ਦੱਸੋ ਜੀ ਸਾਨੂੰ ਛੋਟੂ ਰਾਮ ਬਾਰੇ, ਉਹਨਾਂ ਜ਼ਿਮੀਦਾਰਾਂ ਲਈ ਕੀ ਕੀ ਕੰਮ ਕੀਤੇ ਜੱਟਾਂ ਨੇ? ਜਿਹੜਾ ਸੀ ਨਾ, ਹਾਂਜੀ, ਉਹ ਪੜ੍ਹਦਾ ਹੁੰਦਾ ਸੀ। ਹਾਂਜੀ, ਉਹ ਗਿਆ ਖੱਤਰੀ ਕੋਲ। ਹਾਂਜੀ, ਖੱਤਰੀ ਨੂੰ ਆਖ ਲੱਗਾ ਵੀ ਮੈਨੂੰ ਦੇ ਜਵਾਨੀ। ਹਾਂਜੀ, ਉਹਨੇ ਆਖਿਆ ਪਹਿਲਾਂ ਮੇਰੀ ਮਹੀਂ ਨੂੰ ਪਾਣੀ ਡਾ ਲਿਆ। ਅੱਛਾ ਜੀ। ਫਿਰ ਨਵਾਲ ਕੇ ਲਿਆ ਛੱਪੜ ਤੋਂ। ਅੱਛਾ ਜੀ। ਨਵਾਲ ਕੇ ਲਿਆਂਦੀ ਤੇ ਫਿਰ ਉਹਨਾਂ ਨਾ ਆਖ ਲੱਗਾ ਵੀ ਇਹਨੂੰ ਪੱਠੇ ਪਾ। ਅੱਛਾ ਜੀ। ਪੱਠੇ ਪਾਏ ਤੇ ਫਿਰ ਉਹਨੂੰ ਉਹ ਦਿੱਤੀ ਚਵਾਨੀ। ਹਾਂਜੀ, ਖੱਤਰੀ ਨੇ। ਖੱਤਰੀ ਨੇ ਹਾਂਜੀ ਚਵਾਨੀ ਦਿੱਤੀ ਤੇ ਫਿਰ ਉਹਨੂੰ ਨਾ ਆਪਣਾ ਲੈ ਕੇ ਚਲੇ ਗਿਆ। ਹਾਂਜੀ। ਫਿਰ ਉਹ ਜਦੋਂ ਖੜੇ ਸਾਲ ਪਿੱਛੋਂ ਕਿ ਕਿੰਨੇ ਪਿੱਛੋਂ ਗਿਆ ਤੇ ਉਹਨ ਜਵਾਨੀ ਦਾ ਰੁਪਈਆ ਬਣਾਇਆ ਹੋਇਆ। ਹਾਂਜੀ ਹਾਂਜੀ। ਤੇ ਛੋਟੂ ਰਾਮ ਜਿਹੜਾ ਸੀ ਨਾ, ਉਹਨੂੰ ਇਹ ਮਸਲਾ ਕੀਤਾ ਸੀ ਵੀ ਇਹ ਜਿਹੜੀ ਜ਼ਮੀਨ ਆ ਨਾ ਜ਼ਿਮੀਦਾਰ ਦੀ, ਹਾਂਜੀ, ਇਹ ਨਹੀਂ ਮੈਂ ਖਰੀਦਣ ਦੇਣੀ। ਨਹੀਂ ਜੇ ਜਿਹੜੇ ਖੱਤਰੀ ਸਨ ਨਾ, ਹਾਂਜੀ, ਇਹਨਾਂ ਜ਼ਿਮੀਦਾਰਾਂ ਕੋਲੋਂ ਜ਼ਮੀਨ ਰਹਿਣ ਹੀ ਨਹੀਂ ਸੀ ਦੇਣੀ ਜੱਟਾਂ ਕੋ। ਜੱਟਾਂ ਕੋ ਹਾਂਜੀ। ਇਹ ਜਿਹੜਾ ਮਸਲਾ ਹੈ ਨਾ, ਇਹ ਉਸ ਛੋਟੂ ਰਾਮ ਨੇ ਪਾਸ ਕੀਤਾ ਸੀ। ਹਾਂਜੀ। ਉਹ ਲੀਡਰ ਸੀ। ਲੀਡਰ ਸੀ, ਲੀਡਰ ਸੀ ਛੋਟੂ ਰਾਮ। ਫਿਰ ਇਹ ਜ਼ਮੀਨ ਸੀ ਬਈ, ਉਸ ਤਰ੍ਹਾਂ ਖੱਤਰੀ ਜਿੰਨਾ ਮਰਜ਼ੀ ਖੱਤਰੀ ਕੋਲੋਂ ਕਰਜ਼ਾ ਲੈ ਸਕਦਾ ਸੀ ਜ਼ਿਮੀਦਾਰ, ਹਾਂਜੀ, ਭੌਂ ਕੇ ਵਿਆਜ ਨਾਲ ਦੇ ਵੀ ਸਕਦਾ ਸੀ। ਹਾਂਜੀ। ਜ਼ਮੀਨ ਨਹੀਂ ਸੀ ਉਹਦੀ ਖਰੀਦ ਸਕਦਾ। ਜ਼ਮੀਨ ਨਹੀਂ ਸੀ ਖਰੀਦ ਸਕਦਾ, ਸਹੀ। ਉਹ ਕਾਨੂੰਨ ਉਹਨਾਂ ਮਤਲਬ ਇੱਧਰ ਦਾ ਸੀ। ਅੱਛਾ, ਉਹ ਇੱਧਰ ਦਾ ਹੀ ਸੀ। ਆਹੋ, ਇੱਧਰ ਦਾ ਸੀ ਛੋਟੂ ਰਾਮ। ਅੱਛਾ ਅੱਛਾ। ਇਹ ਮਸਲਾ, ਇਹ ਗੱਲ ਪਾਸ ਹੋਈ ਸੀ। ਹਾਂਜੀ। ਕਿ ਮੈਂ ਜ਼ਿਮੀਦਾਰਾਂ ਕੋਲੋਂ ਜ਼ਮੀਨ ਨਹੀਂ ਖਰੀਦਣ ਦੇਣੀ। ਖਰੀਦਣ, ਉਹ ਕਿੱਦਾਂ ਮਤਲਬ ਉਹਨਾਂ ਕਾਨੂੰਨ ਅੰਗਰੇਜ਼ਾਂ ਸਾਹਮਣੇ, ਮਤਲਬ ਅੰਗਰੇਜ਼ਾਂ ਸਾਹਮਣੇ ਹੀ ਕਿਹਾ, ਜਦੋਂ ਲੀਡਰ ਬਣ ਗਿਆ ਫਿਰ ਉਹਨਾਂ ਅੰਗਰੇਜ਼ਾਂ ਸਾਹਮਣੇ ਹੀ ਇਹ ਕਾਨੂੰਨ ਪਾਸ ਕਰਵਾਇਆ ਸੀ। ਹਾਂਜੀ। ਤੇ ਖੱਤਰੀ ਕਿੰਨਾ ਵੀ ਆਪਣਾ ਜ਼ਿਮੀਦਾਰ ਇਹਨਾਂ ਕੋਲੋਂ ਕਰਜ਼ਾ ਲੈ ਲੇ, ਹਾਂਜੀ, ਜ਼ਮੀਨ ਨਹੀਂ ਖਰੀਦ ਸਕਦਾ। ਜ਼ਮੀਨ ਨਹੀਂ ਖਰੀਦ ਸਕਦਾ, ਸਹੀ ਆ। ਭਾਵੇਂ ਉਹ ਵਿਆਜ ਨਾਲ, ਇਹ ਖੱਤਰੀ ਜਿਹੜੇ ਸਨ ਵਿਆਜ ਲਾਉਂਦੇ ਸਨ ਨਾਲ, ਹਾਂਜੀ, ਵਿਆਜ ਲਾ ਕੇ ਤੇ ਪੈਸੇ ਲੈਂਦੇ ਸਨ। ਸਹੀ। ਜ਼ਿਮੀਦਾਰਾਂ ਨੂੰ ਲੈਂਦੇ ਲੈਣੇ ਪੈਂਦੇ ਸਨ, ਕਿ ਜ਼ਿਮੀਦਾਰ ਸਨ, ਉਹਨਾਂ ਜ਼ਮੀਨ ਵਾਹੁਣੀ ਹੁੰਦੀ ਸੀ, ਕੋਈ ਧੱਗਾ ਲੈ ਲਿਆ, ਕੋਈ ਹਾਰ ਬਣਾ ਲਿਆ, ਕੋਈ ਕੁਛ ਲੈ ਲਿਆ। ਹਾਂਜੀ। ਫਿਰ ਉਹਨਾਂ ਫਸਲ ਆਉਣੀ, ਹਾਂਜੀ, ਫਸਲ ਤੋਂ ਫਿਰ ਉਹਨਾਂ ਕਪਾਹ ਸ਼ਪਾਹ ਹੋਣੀ, ਉਹਦੇ ਤੋਂ ਉਹਨਾਂ ਨੂੰ ਦੇ ਦੇਣਾ। ਛੋਟੂ ਰਾਮ ਨੇ ਹਾਂਜੀ ਉਹਨੂੰ ਨਹੀਂ ਸਨ ਚੰਗਿਆ ਸਮਝਦੇ, ਤਾਂ ਆਉਂਦਾ ਸੀ ਭਾਵੇਂ ਮੈਨੂੰ ਸਮਝਣ ਨਾ ਸਮਝਣ, ਮੈਂ ਇਹ ਮਸਲਾ ਪਾਸ ਕਰਕੇ ਹੀ ਹਟਣਾ। ਹਾਂਜੀ ਹਾਂਜੀ। ਹੁਣ ਫਿਰ ਅੰਗਰੇਜ਼ਾਂ ਦੀ ਇਹ ਮਸਲਾ ਡਾਇਆ, ਹਾਂਜੀ, ਤੇ ਫਿਰ ਉਹਦਾ ਮਸਲਾ ਪਾਸ ਹੋ ਗਿਆ। ਸਹੀ। ਅੰਗਰੇਜ਼ ਨੇ ਵੀ ਆਖਿਆ ਵੀ ਸਹੀ ਹੈ, ਇਹ ਗੱਲ ਸਹੀ ਹੈ, ਜ਼ਿਮੀਦਾਰਾਂ ਕੋਲੋਂ ਜ਼ਮੀਨ ਨਹੀਂ ਹੈ, ਤੇ ਜੇ ਇਹ ਨਾ ਮਸਲਾ ਪਾਸ ਹੁੰਦਾ ਨਾ, ਹਾਂਜੀ, ਤੇ ਇਹਨਾਂ ਦੇ ਖੱਤਰੀਆਂ ਨੇ ਸਾਡੇ ਜ਼ਿਮੀਦਾਰਾਂ ਕੋਲੋਂ ਜ਼ਮੀਨ ਛੱਡਣੀ ਨਹੀਂ ਸੀ, ਛੱਡਣੀ ਨਹੀਂ ਸੀ। ਕਈ ਮਰੱਬਿਆਂ ਦੇ ਮਰੱਬੇ, ਕਈ ਲੈਣਾ ਦੀਆਂ ਲੈਣਾ, ਕਈ ਮਰੱਬਿਆਂ ਦੇ ਮਰੱਬੇ ਨਾ ਖਰੀਦ ਲੈਣਾ। ਹਾਂਜੀ। ਮੇਰੀ ਉੱਧਰ ਗੱਲ ਹੁੰਦੀ ਹੈ ਪਲਵਿੰਦਰ ਖੇੜਾ ਵਾ ਮੁੰਡਾ, ਇੰਡੀਆ ਪੰਜਾਬ ਦਾ ਭਾਜੀ ਸਾਡੇ, ਬਹੁਤ ਉਹਨਾਂ ਕਿਹਾ ਸੀ ਕਿ ਵੀਡੀਓ ਬਣਾ ਕੇ ਭੇਜੋ, ਤੇ ਉਹ ਮਤਲਬ ਉਹਨਾਂ ਕਿਹਾ ਸੀ ਛੋਟੂ ਰਾਮ ਬਾਰੇ ਵੱਡਿਆਂ ਬਜ਼ੁਰਗਾਂ ਨਾਲ ਗੱਲ ਕਰਕੇ। ਐਦਾਂ ਕੋਈ? ਅੱਛਾ ਅੱਛਾ। ਸਹੀ ਦੱਸਦੇ ਵੀ ਤਾਂ ਇਹਨੂੰ, ਹਾਂਜੀ ਹਾਂਜੀ, ਲੀਡਰ ਬਣਿਆ, ਲੀਡਰ ਬਣਿਆ, ਸਹੀ ਹੈ। ਆਨੇ ਦਵਾਨੀ ਤੋਂ, ਆਨੇ ਦਵਾਨੀ ਤੋਂ, ਦਵਾਨੀ ਦਵਾਨੀ ਦਿੱਤੀ, ਹਾਂਜੀ, ਤੇ ਰੁਪਈਆ ਬਣਾ ਲਿਆ। ਫਿਰ ਉਹਨਾਂ ਫਿਰ ਉੱਥੋਂ ਮਤਲਬ ਆਪਣਾ ਲੀਡਰ ਆਪਣਾ ਸ਼ੁਰੂ ਕੀਤਾ ਕੰਮ, ਲੀਡਰ ਬਣੇ, ਕੰਮ ਕੀਤਾ। ਉਹਨਾਂ ਆਖਿਆ ਮੈਂ ਜੇ ਮੈਂ ਬਣ ਗਿਆ ਲੀਡਰ ਤੇ ਮੈਂ ਇਹਨਾਂ ਦਾ ਵੇਖ ਕਿੱਦਾਂ ਗਾਲ ਘੋਟਣਾ। ਹਾਂਜੀ ਹਾਂਜੀ। ਅੱਲਾ ਨੇ ਉਹਨੂੰ ਬੁਲਾ ਤਾ, ਹਾਂਜੀ,